हेलो व्यूअर, दिस इज़ मानिक एंड वेलकम बैक टू द चैनल। और आज हम आए हैं पंजाब एग्रीकल्चर यूनिवर्सिटी के फैमिली रिसोर्स मैनेजमेंट कॉलेज में, और जहां पे लगाई गई है ALU स्टूडेंट्स के द्वारा एक एग्जीबिशन, जिसके बारे में हमें बताएंगे डॉक्टर नरेंद्रजीत कौर मैम। तो बहुत बहुत शुक्रिया। ये जेड़ा मेरा विभाग है, इसका नाम है फैमिली रिसोर्स मैनेजमेंट। तो जिथे जिहड़े बच्चे ने PAU दे विच जिहड़े कम्यूनिटी साइंस की BSc की डिग्री लैन आउंदे ने, उन्होंने जिहड़ा थियोरी दा जदों उन्हां दा सिलेबस खत्म हो जांदा है तां वो अगों ग्रैजुएशन तो बाद वक्खो वक्खरे अपनियां जिहड़ियां स्किल्स दे हिसाब नाल, अपनी रुचि दे हिसाब दे नाल, जे किसी भी तरह के जिहड़े खेत्र दे विच जाना चाहुंदे ने उस दे वास्ते इन्हां दा डिग्री दे अखीरले सेमेस्टर दे विच एक एक्सपीरियंशियल लर्निंग ਦਾ ਜਿਹੜਾ ਕੋਰਸ ਹੈ ਉਹ ਪ੍ਰੋਗਰਾਮ ਜਿਹੜਾ ਲਗਾਇਆ ਜਾਂਦਾ, ਜਿਸ ਦੇ ਵਿੱਚ ਪਹਿਲਾਂ ਤਾਂ ਬੱਚੇ ਜਿਹੜੇ ਨੇ ਉਹ ਹੱਥੀਂ ਕੰਮ ਕਰਕੇ ਵੱਖ ਵੱਖ ਤਰ੍ਹਾਂ ਦੇ ਅਦਾਰਿਆਂ ਦੇ ਨਾਲ ਜਿਹੜਾ ਆਪਣੇ ਆਪ ਨੂੰ ਜੋੜ ਕੇ ਉੱਥੇ ਹੱਥੀਂ ਕੰਮ ਕਰਨ ਦਾ ਜਿਹੜਾ ਵੱਖਰੇ ਵੱਖਰੇ ਚੀਜ਼ਾਂ ਦਾ ਵੱਖਰੇ ਵੱਖਰੀਆਂ ਕਲਾਕ੍ਰਿਤੀਆਂ ਬਣਾਉਣ ਦਾ ਜਿਹੜਾ ਤਜਰਬਾ ਹਾਸਿਲ ਕਰਦੇ ਆ। ਸਾਡਾ ਜਿਹੜਾ ਐਕਸਪੀਰੀਐਂਸ਼ੀਅਲ ਲਰਨਿੰਗ ਯੂਨਿਟ ਹੈਗਾ, ਇਸ ਦੇ ਵਿੱਚ ਅਸੀਂ ਆਰਟਿਸਟਿਕ ਕ੍ਰੀਏਸ਼ਨ ਦੇ ਤਹਿਤ ਬੱਚੇ ਜਿਹੜੇ ਨੇ ਉਹ ਇੰਟੀਰੀਅਰ ਡਿਜ਼ਾਈਨ ਔਰ ਇੰਟੀਰੀਅਰ ਡੈਕੋਰੇਸ਼ਨ ਦੇ ਸੰਬੰਧ ਦੇ ਵਿੱਚ ਚੀਜ਼ਾਂ ਜਿਹੜੀਆਂ ਨੇ ਵੱਖੋ ਵੱਖਰੀਆਂ ਬਣਾਉਂਦੇ ਨੇ, ਔਰ ਜਦੋਂ ਫਿਰ ਉਹ ਇਸ ਤਜਰਬਾ ਹਾਸਲ ਜਿਹੜਾ ਕਰ ਲੈਂਦੇ ਨੇ ਉਸ ਤੋਂ ਬਾਅਦ ਉਹ ਇਸ ਦੀ ਇੱਕ ਪ੍ਰਦਰਸ਼ਨੀ ਜਿਹੜੀ ਹੈ ਉਹ ਵਿਭਾਗ ਵਿਖੇ ਹਰ ਸਾਲ ਜਿਹੜੇ ਵੀ ਬੱਚੇ ਇਸ ਕੋਰਸ ਦੇ ਵਿੱਚ ਆਉਂਦੇ ਨੇ, ਹਰ ਸਾਲ ਇਹ ਇੱਕ ਸਾਡਾ ਰੈਗੂਲਰ ਫੀਚਰ ਹੈ ਕਿ ਇਹ ਪ੍ਰਦਰਸ਼ਨੀ ਜਿਹੜੀ ਹੈ ELU ਯਾਨੀ ਐਕਸਪੀਰੀਐਂਸ਼ੀਅਲ ਅਨੁਭਵੀ ਜਿਹੜਾ ਸਿਖਲਾਈ ਦੇ ਤਹਿਤ ਇਹ ਸਾਡੇ ਵਿਦਿਆਰਥੀਆਂ ਵੱਲੋਂ ਲਗਾਈ ਜਾਂਦੀ ਹੈ, ਜਿਸ ਦੇ ਵਿੱਚ ਉਹ ਕੇਵਲ ਪ੍ਰਦਰਸ਼ਨੀ ਹੀ ਨਹੀਂ ਲਾਉਂਦੇ ਬਲਕਿ ਇਸ ਪ੍ਰਦਰਸ਼ਨੀ ਦੇ ਦੁਆਰਾ ਉਹ ਅੱਗੋਂ ਤੋਂ ਜਿਹੜੇ ਲੋਕਾਂ ਨੂੰ, ਜਿਹੜੇ ਕਲਾ ਦੇ ਪ੍ਰੇਮੀ ਨੇ ਜਿਨ੍ਹਾਂ ਨੂੰ ਇਹ ਚੀਜ਼ਾਂ ਬਹੁਤ ਪਾਉਂਦੀਆਂ ਨੇ, ਉਹਨਾਂ ਨੇ ਜੇਕਰ ਆਪਣੇ ਵਾਸਤੇ ਵੀ ਬਣਵਾਉਣੀਆਂ ਨੇ ਤਾਂ ਉਹ ਇੱਥੇ ਆ ਕੇ ਇਹਨਾਂ ਵਿਦਿਆਰਥੀਆਂ ਨੂੰ ਆਰਡਰ ਜਿਹੜਾ ਉਹ ਚੀਜ਼ਾਂ ਦਾ ਪਲੇਸ ਕਰ ਸਕਦੇ ਨੇ। ਅਤੇ ਜਦੋਂ ਆਰਡਰ ਲੈ ਕੇ ਬੱਚੇ ਹੁਣ ਤੱਕ ਵੀ ਇਹ ਐਗਜੀਬਿਸ਼ਨ ਸਾਡੀ ਪਰਸੋਂ ਤੋਂ ਹੀ ਜਿਹੜੀ ਹੈ ਇਸ ਦਾ ਆਰੰਭ ਹੋਇਆ, ਔਰ ਇਹ ਪੂਰਾ ਮਈ ਦਾ ਮਹੀਨਾ ਜਿਹੜਾ ਹੈ ਇਹ ਲੱਗੀ ਰਹੇਗੀ, ਔਰ ਇਸ ਵਕਤ ਦੇ ਦੌਰਾਨ ਇਹ ਇਹਨਾਂ ਦਾ ਇੱਕ ਜਿਹੜਾ ਇਹ ਵਾਲਾ ਵਕਫਾ ਹੈਗਾ ਸਮੇਂ ਦਾ, ਇਸ ਦੇ ਵਿੱਚ ਇਹ ਐਗਜੀਬਿਸ਼ਨ ਕੰਮ ਵਰਕਸ਼ਾਪ ਹੋਏਗੀ। ਵਰਕਸ਼ਾਪ ਬੱਚਿਆਂ ਦੀ ਉਹ ਹੋਏਗੀ ਕਿਉਂਕਿ ਜਿਵੇਂ ਹੁਣ ਹੀ ਹਜੇ 3-4 ਦਿਨ ਹੀ ਹੋਏ ਹੈਗੇ ਆ, ਔਰ ਬੱਚਿਆਂ ਨੂੰ ਕਾਫੀ ਕਲਾਕ੍ਰਿਤੀਆਂ ਦੇ ਜਿਹੜੇ ਹੈਗੇ ਆ ਉਹ ਨੇੜਿਓਂ ਦੂਰੋਂ ਆਰਡਰ ਜਿਹੜੇ ਮਿਲ ਗਏ ਹੈਗੇ ਨੇ, ਔਰ ਉਹ ਵਾਲੀਆਂ ਕਲਾਕ੍ਰਿਤੀਆਂ ਉਹ ਇੱਥੇ ਹੀ ਨਾਲ ਨਾਲ ਬਣਾਉਂਦੇ ਰਹਿਣਗੇ, ਅਤੇ ਨਾਲ ਨਾਲ ਵਿਜ਼ਿਟਰਸ ਜਿਹੜੇ ਆ ਇਸ ਐਗਜੀਬਿਸ਼ਨ ਨੂੰ ਦੇਖਣ ਆਉਣਗੇ। ਜਿਹੜੀ ਵੀ ਕਲਾਕ੍ਰਿਤੀ ਤੁਹਾਨੂੰ ਇੰਝ ਲੱਗਦਾ ਕਿ ਸਾਨੂੰ ਬਹੁਤ ਚੰਗੀ ਹੈ ਅਤੇ ਇਹਨੂੰ ਅਸੀਂ ਆਪਣੇ ਘਰ 'ਚ ਸਜਾਉਣਾ ਚਾਹੁੰਦੇ ਹਾਂ ਜਾਂ ਅਸੀਂ ਕਿਸੇ ਆਪਣੇ ਮਿੱਤਰ ਪਿਆਰੇ ਨੂੰ, ਰਿਸ਼ਤੇਦਾਰ ਨੂੰ ਤੋਹਫੇ ਵਜੋਂ ਦੇਣਾ ਚਾਹੁੰਦੇ ਹਾਂ ਜਾਂ ਅਸੀਂ ਕਿਸੇ ਵੀ ਤਰੀਕੇ ਨਾਲ ਇਹਦੀ ਜਿਹੜੀ ਵਰਤੋਂ ਕਰਨੀ ਚਾਹੁੰਦੇ, ਤਾਂ ਇਸ ਚੀਜ਼ ਦੇ ਲਈ ਇਹਨਾਂ ਬੱਚਿਆਂ ਵੱਲੋਂ ਪੂਰਾ ਮਈ ਦਾ ਮਹੀਨਾ ਜਿਹੜਾ ਆਰਡਰਸ ਲੈ ਕੇ ਹੋਰ ਇਹਨਾਂ ਦੇ ਕਲਾਕ੍ਰਿਤੀਆਂ ਦੇ ਨਾਲ ਦੇ ਜਿਹੜੀਆਂ ਕਲਾਕ੍ਰਿਤੀਆਂ ਬਣਾ ਕੇ ਦਿੱਤੀਆਂ ਜਾਣ। ਨਹੀਂ ਜੀ, ਇਸ ਨੁਮਾਇਸ਼ ਨੂੰ, ਇਸ ਪ੍ਰਦਰਸ਼ਨੀ ਨੂੰ ਦੇਖਣ ਦੀ ਕੋਈ ਕੀਮਤ ਨਹੀਂ ਹੈ, ਔਰ ਇਹ ਯੂਨੀਵਰਸਿਟੀ ਜਿਹਨਾਂ ਦਿਨਾਂ 'ਚ ਖੁੱਲ੍ਹੀ ਹੁੰਦੀ ਹੈ, ਸਾਡਾ ਵਿਭਾਗ ਜਿਹੜਾ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ 9 ਵਜੇ ਤੋਂ 5 ਵਜੇ ਤੱਕ ਇਹ ਪ੍ਰਦਰਸ਼ਨੀ ਜਿਹੜੀ ਹੈ ਇਹ ਦਰਸ਼ਕਾਂ ਦੇ ਦੇਖਣ ਲਈ ਇੱਥੇ ਖੁੱਲ੍ਹੀ ਹੈਗੀ ਹੈ, ਔਰ ਆਰਡਰ ਵੀ ਤੁਸੀਂ ਇਸ ਦੌਰਾਨ ਆ ਕੇ ਮੌਕੇ 'ਤੇ ਵੀ ਦੇ ਸਕਦੇ ਹੋ ਔਰ ਪ੍ਰਦਰਸ਼ਨੀ ਦੇਖਣ ਆਏ। ਜੇਕਰ ਤੁਸੀਂ ਇਸ ਜਿਹੜਾ ਤੁਸੀਂ ਕਹਿ ਲਓ ਚੈਨਲ ਦੇ ਜ਼ਰੀਏ ਜਿਹੜੀਆਂ ਕਲਾਕ੍ਰਿਤੀਆਂ ਤੁਸੀਂ ਦੇਖ ਰਹੇ ਹੋ, ਜੇ ਇਹਨਾਂ ਨੂੰ ਦੇਖ ਕੇ ਹੀ ਤੁਸੀਂ ਆਰਡਰ ਦੇਣਾ ਚਾਹੁੰਦੇ ਹੋ ਤਾਂ ਵਿਭਾਗ ਦਾ ਨੰਬਰ ਵੀ ਜਿਹੜਾ ਹੈਗਾ ਉਹ ਵੀ ਨੋਟ ਕਰ ਸਕਦੇ ਹੋ। ਨੰਬਰ ਹੈ ਯੂਨੀਵਰਸਿਟੀ ਦਾ ਪਹਿਲਾਂ ਐਕਸਚੇਂਜ ਨੰਬਰ 0-140-1960 ਤੋਂ 70 ਤੱਕ ਨੰਬਰ ਨੇ, ਉਸ ਤੋਂ ਬਾਅਦ ਵਿਭਾਗ ਦੀ ਜਿਹੜੀ ਐਕਸਟੈਂਸ਼ਨ ਨੰਬਰ ਹੈਗਾ ਉਹ ਹੈਗਾ 264 ਯਾਨੀ 264-264, ਤਾਂ ਉਹਦੇ 'ਤੇ ਵੀ ਤੁਸੀਂ ਇਹ ਕਹਿ ਕੇ ਕਿ ਅਸੀਂ ਇਹ ਜਿਹੜੀ ਹੈ ਨੁਮਾਇਸ਼ ਦੇਖੀ ਹੈ ਔਨਲਾਈਨ ਅਤੇ ਅਸੀਂ ਇਸ ਕਲਾਕ੍ਰਿਤੀ ਦਾ ਜਿਹੜਾ ਹੈਗਾ ਆਰਡਰ ਦੇਣਾ ਚਾਹੁੰਦੇ ਹਾਂ। ਤੁਸੀਂ ਉਹ ਆਰਡਰ ਫੋਨ ਰਾਹੀਂ ਵੀ ਬੁੱਕ ਕਰਾ ਸਕਦੇ ਹੋ, ਐਗਜੀਬਿਸ਼ਨ ਨੂੰ ਦੇਖਦਿਆਂ ਹੋਇਆਂ ਵੀ ਤੁਸੀਂ ਇੱਥੇ ਵੀ ਸਟੂਡੈਂਟ ਸਾਡੇ ਹਾਜ਼ਰ ਹੁੰਦੇ ਨੇ ਉਦੋਂ ਵੀ ਤੁਸੀਂ ਦੇਖ ਕੇ, ਔਰ ਜਿਹੜੀ ਵੀ ਕਲਾਕ੍ਰਿਤੀ ਤੁਸੀਂ ਦੇਖਦੇ ਹੋ ਉਹਦੀ ਵੱਧ ਘੱਟ ਸਕੇਲ ਦਾ ਵੀ ਤੁਸੀਂ, ਜਿਵੇਂ ਜੇ ਸਾਡੇ ਕੋਲ ਕੋਈ ਵੱਡੇ ਸਾਈਜ਼ ਦੀ ਬਣੀ ਹੋਈ ਹੈ ਉਹਦੇ 'ਚ ਤੁਸੀਂ ਆਪਣੀ ਇੱਛਾ ਦੇ ਅਨੁਸਾਰ ਆਪਣੇ ਕਸਟਮਾਈਜ਼
ਚੀਜ਼ ਵੀ ਕਰ ਸਕਦੇ ਹੈਗੇ ਹੋ ਸਾਰੀਆਂ ਹੀ ਕਲਾਕ੍ਰਿਤੀਆਂ ਦਾ ਔਰ ਬਹੁਤ ਹੀ ਜਿਹੜੀਆਂ ਚੀਜ਼ਾਂ ਤੁਸੀਂ ਕਹਿ ਲਓ ਕਿ ਕਮਰਸ਼ੀਅਲ ਮਾਰਕੀਟ 'ਚ ਕਿਸੇ ਵੀ ਮੁੱਲ 'ਤੇ ਨਹੀਂ ਉਪਲਬਧ ਹੋ ਸਕਦੀਆਂ ਇਹ ਹੱਥੀਂ ਬਣੀਆਂ ਚੀਜ਼ਾਂ ਹੱਥੀਂ ਬਣੀ ਚੀਜ਼ ਦੀ ਤੁਸੀਂ ਜਾਣਦੇ ਹੋ ਕਿ ਵੀ ਇੱਕ ਅਲੱਗ ਵੈਸੇ ਤਾਂ ਕਹਿੰਦੇ ਜਿਹੜੀ ਕਲਾਕਾਰ ਦੀ ਕਲਾਕਾਰ ਦੇ ਵਾਸਤੇ ਤਾਂ ਉਹਦੀ ਕਲਾ ਦੀ ਕੋਈ ਕੀਮਤ ਹੀ ਨਹੀਂ ਹੁੰਦੀ ਉਹ ਅਨਮੋਲ ਹੁੰਦੀ ਹੈ ਪਰ ਕਿਉਂਕਿ ਹਰ ਬੰਦੇ ਕੋਲ ਸ਼ਫਾ ਨਹੀਂ ਹੁੰਦੀ ਅਤੇ ਆਪਾਂ ਜੇ ਇਹਨੂੰ ਇੱਕ ਤੁਸੀਂ ਕਹਿ ਲਓ ਕਿ ਵੀ ਨੋ ਪ੍ਰੋਫਿਟ ਨੋ ਲੋਸ ਜਾਂ ਥੋੜ੍ਹੇ ਮਾਰਜਨਲ ਜਿਹੜਾ ਬੱਚਿਆਂ ਦੀ ਹੌਸਲਾ ਅਫਜ਼ਾਈ ਵਾਲੇ ਜਿਹੜੇ ਪ੍ਰੋਫਿਟ ਦੇ ਉੱਤੇ ਅਸੀਂ ਇਹ ਦਰਸ਼ਕਾਂ ਦੇ ਵਾਸਤੇ ਰੂਬਰੂ ਹੋਏ ਹਾਂ ਇਸ ਚੈਨਲ ਦੇ ਥਰੂ ਤਾਂ ਉਮੀਦ ਕਰਦੇ ਹਾਂ ਕਿ ਵੀ ਇਸ ਪ੍ਰਦਰਸ਼ਨੀ ਦਾ ਤੁਸੀਂ ਆਨੰਦ ਵੀ ਮਾਣੋਗੇ ਔਰ ਬੱਚਿਆਂ ਦੀ ਜਿਹੜੀ ਹੈ ਹੌਸਲਾ ਅਫਜ਼ਾਈ ਲਈ ਅਤੇ ਆਪਣੀ ਰੂਹ ਦੀ ਖੁਸ਼ੀ ਦੇ ਵਾਸਤੇ ਵੱਧ ਤੋਂ ਵੱਧ ਔਡਰ ਵੀ ਜਿਹੜੇ ਆ ਪਲੇਸ ਕਰੋਗੇ।